ਸਾਰੇ ਹੁਣ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮਾਈ ਪ੍ਰाइड ਪੰਜਾਬ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇੰਪੋਰਟੈਂਟ ਐਮਸੀਕਿਊਜ਼ ਡਿਸਕਸ ਕਰਾਂਗੇ ਰਿਲੇਟਡ ਟੂ ਸ਼੍ਰੀ ਗੁਰੂ ਅੰਗਦ ਦੇਵ ਜੀ ਸੋ ਇਹ ਵੀਡੀਓ ਪੰਜਾਬ ਦੇ ਸਾਰੇ ਐਗਜ਼ਾਮਸ ਲਈ ਬੜੀ ਇੰਪੋਰਟੈਂਟ ਆ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਕਿੰਵੇਂ ਗੁਰੂ ਸਨ ਪਹਿਲੇ ਪੰਜਵੇਂ ਦੂਜੇ ਜਾਂ ਨੌਵੇਂ ਤਾਂ ਰਾਈਟ ਆਨਸਰ ਹੈ ਜੀ ਦੂਜੇ ਗੁਰੂ ਸਨ ਸ਼੍ਰੀ ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਜੇ ਗੁਰੂ ਸਨ ਪਹਿਲੇ ਗੁਰੂ ਕੌਣ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਪੰਜਵੇਂ ਗੁਰੂ ਕੌਣ ਸਨ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਨੌਵੇਂ ਗੁਰੂ ਕੌਣ ਸਨ ਸ੍ਰੀ ਗੁਰੂ ਤੇਗ ਬਹਾਦਰ ਜੀ ਨੈਕਸਟ ਕੁਐਸਚਨ ਹੈ ਜੀ ਕੁਐਸਚਨ ਨੰਬਰ 2 ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਹੋਇਆ ਸੀ 1504 ਈਸਵੀ ਨੂੰ 1479 ਈਸਵੀ ਨੂੰ 1556 ਈਸਵੀ ਨੂੰ 1560 ਈਸਵੀ ਨੂੰ ਤਾਂ ਰਾਈਟ ਆਨਸਰ ਹੈ ਜੀ 1504 ਈਸਵੀ ਨੂੰ ਉਹਨਾਂ ਦਾ ਜਨਮ ਹੋਇਆ ਸੀ ਨੈਕਸਟ ਹੈ ਜੀ ਕੁਐਸਚਨ ਨੰਬਰ 3 ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਕਿੱਥੇ ਹੋਇਆ ਸੀ ਅੰਮ੍ਰਿਤਸਰ ਮੁਕਤਸਰ ਲਾਹੌਰ ਜਲੰਧਰ ਤਾਂ ਰਾਈਟ ਆਨਸਰ ਹੈ ਜੀ ਮੱਤੇ ਦੀ ਸਰਾਈ ਸਰਾਈ ਨਾਗਾ ਮੁਕਤਸਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਹੋਇਆ ਸੀ ਕੁਐਸਚਨ ਨੰਬਰ 4 ਹੈ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪਿਤਾ ਜੀ ਦਾ ਨਾਮ ਕੀ ਸੀ ਮਹਿਤਾ ਕਾਲੂ ਜੀ ਭਾਈ ਫਿਰੂ ਜੀ ਤੇਜਪਾਲ ਜੀ ਹਰੀਦਾਸ ਜੀ ਤਾਂ ਰਾਈਟ ਆਨਸਰ ਹੈ ਜੀ ਭਾਈ ਫਿਰੂ ਜੀ ਸੀ ਜਾਂ ਫਿਰੂ ਮੱਲ ਜੀ ਵੀ ਕਹਿ ਦਿੰਦੇ ਆ ਨੈਕਸਟ ਕੁਐਸਚਨ ਹੈ ਜੀ ਕੁਐਸਚਨ ਨੰਬਰ 5th ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮਾਤਾ ਜੀ ਦਾ ਨਾਮ ਕੀ ਸੀ ਮਾਤਾ ਗੁਜਰੀ ਜੀ ਮਾਤਾ ਤ੍ਰਪਤਾ ਜੀ ਮਾਤਾ ਦਇਆ ਕੌਰ ਜੀ ਮਾਤਾ ਗੰਗਾ ਜੀ ਤਾਂ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ E D ਮਾਤਾ ਦਇਆ ਕੌਰ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ 6th ਸ੍ਰੀ ਗੁਰੂ ਅੰਗਦ ਦੇਵ ਜੀ ਦਾ ਮੋਢਲਾ ਨਾਮ ਕੀ ਸੀ ਭਾਈ ਲੈਣਾ ਜੀ ਭਾਈ ਜੇਠਾ ਜੀ ਭਾਈ ਗੁਰਦਾਸ ਜੀ ਜਾਂ ਭਾਈ ਹਰੀ ਜੀ ਤਾਂ ਰਾਈਟ ਆਨਸਰ ਹੈ ਜੀ ਭਾਈ ਲੈਣਾ ਜੀ ਭਾਈ ਜੇਠਾ ਜੀ ਕਿਹਨਾਂ ਦਾ ਮੋਢਲਾ ਨਾਮ ਸੀ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦਾ ਨੈਕਸਟ ਕੁਐਸਚਨ ਆ ਜੀ ਕੁਐਸਚਨ ਨੰਬਰ 7th ਸ੍ਰੀ ਗੁਰੂ ਅੰਗਦ ਦੇਵ ਜੀ ਦੀ ਪਤਨੀ ਦਾ ਨਾਮ ਕੀ ਸੀ ਬੀਬੀ ਖੀਵੀ ਜੀ ਬੀਬੀ ਸਲਖਣੀ ਜੀ ਮਾਤਾ ਗੰਗਾ ਜੀ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਰਾਈਟ ਆਨਸਰ ਆ ਜੀ ਬੀਬੀ ਖੀਵੀ ਜੀ ਨੈਕਸਟ ਕੁਐਸਚਨ ਆ ਜੀ ਬੀਬੀ ਖੀਵੀ ਜੀ ਦੇ ਪਿਤਾ ਜੀ ਦਾ ਨਾਮ ਕੀ ਸੀ ਵੈਰੀ ਇੰਪੋਰਟੈਂਟ ਕੁਐਸਚਨ ਭਾਈ ਲਾਲੋ ਜੀ ਭਾਈ ਬਾਲਾ ਜੀ ਸ੍ਰੀ ਦੇਵੀ ਚੰਦ ਜੀ ਭਾਈ ਫੇਰੂ ਜੀ ਤਾਂ ਰਾਈਟ ਆਨਸਰ ਆ ਜੀ ਸ੍ਰੀ ਦੇਵੀ ਚੰਦ ਜੀ ਨੈਕਸਟ ਕੁਐਸਚਨ ਆ ਜੀ ਕੁਐਸਚਨ ਨੰਬਰ 9th ਬੀਬੀ ਖੀਵੀ ਜੀ ਕਿੱਥੋਂ ਦੇ ਰਹਿਣ ਵਾਲੇ ਸਨ ਬਾਸਰ ਕੇ ਵਡਾਲੀ ਸੰਗਰ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਏਡੀ ਸੰਗਰ ਦੇ ਰਹਿਣ ਵਾਲੇ ਸਨ ਜਿਹੜਾ ਕਿ ਖਡੂਰ ਸਾਹਿਬ ਦੇ ਨੇੜੇ ਹੈ। অপਸ਼ਨ ਨੰਬਰ 10th ਹੈ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਕੀ ਸੰਤਾਨ ਸੀ? ਦੋ ਪੁੱਤਰ ਇੱਕ ਪੁੱਤਰੀ, ਇੱਕ ਪੁੱਤਰ ਦੋ ਪੁੱਤਰੀਆਂ ਜਾਂ ਦੋ ਪੁੱਤਰ ਦੋ ਪੁੱਤਰੀਆਂ ਜਾਂ ਕੇਵਲ ਇੱਕ ਹੀ ਪੁੱਤਰ। ਤਾਂ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਏਡੀ ਦੋ ਪੁੱਤਰ ਸੀ ਤੇ ਦੋ ਪੁੱਤਰੀਆਂ ਸਨ। ਦੋ ਪੁੱਤਰਾਂ ਦੇ ਨਾਮ ਕੀ ਸੀ ਜੀ? ਦਾਤੂ ਜੀ ਤੇ ਦਾਸੂ ਜੀ ਤੇ ਦੋ ਪੁੱਤਰੀਆਂ ਦੇ ਨਾਮ ਕੀ ਸੀ? ਬੀਬੀ ਅਮਰੋ ਜੀ ਤੇ ਬੀਬੀ ਅਨੋਖੀ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ 11th ਸ੍ਰੀ ਗੁਰੂ ਅੰਗਦ ਦੇਵ ਜੀ ਪਹਿਲਾਂ ਕਿਸ ਦੇ ਭਗਤ ਸਨ Shiv ji ਦੇ Vishnu ji ਦੇ Mata Durga ji ਦੇ Ram ji ਦੇ ਤਾਂ ਰਾਈਟ ਆਨਸਰ ਹੈ ਜੀ Mata Durga ji ਦੇ ਭਗਤ ਸਨ ਸ੍ਰੀ ਗੁਰੂ ਅੰਗਦ ਦੇਵ ਜੀ ਨੈਕਸਟ ਹੈ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਕਿਹਨਾਂ ਦੀ ਯਾਤਰਾ ਲਈ ਗਏ ਸਨ ਅਮਰਨਾਥ ਜੀ ਕੇਦਾਰਨਾਥ ਜੀ Mata Jwala ji Mata Chintpurni ji ਤਾਂ ਰਾਈਟ ਆਨਸਰ ਹੈ ਜੀ অপਸ਼ਨ ਨੰਬਰ D Mata Jwala ji ਦੀ ਯਾਤਰਾ ਲਈ ਗਏ ਸਨ ਨੈਕਸਟ ਹੈ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਗੁਰੂ ਨਾਨਕ ਦੇਵ ਜੀ ਨਾਲ ਮੁਲਾਕਾਤ ਕਿੱਥੇ ਹੋਈ ਸੀ ਵੈਰੀ ਇੰਪੋਰਟੈਂਟ ਕੁਐਸਚਨ ਲਾਹੌਰ ਕਰਤਾਰਪੁਰ ਸਾਹਿਬ ਸultanpur ਲੋਧੀ ਗੁਜਰਾਤ ਤਾਂ ਰਾਈਟ ਆਨਸਰ ਹੈ ਜੀ ਕਰਤਾਰਪੁਰ ਸਾਹਿਬ ਵਿਖੇ ਹੋਈ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਮੁਲਾਕਾਤ ਗੁਰੂ ਨਾਨਕ ਦੇਵ ਜੀ ਨਾਲ ਨੈਕਸਟ ਹੈ ਜੀ ਕੁਐਸਚਨ ਨੰਬਰ 14 ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰੂ ਕਾਲ ਕੀ ਸੀ ਤਾਂ ਇਹਦਾ ਰਾਈਟ ਆਨਸਰ ਕੀ ਹੈ ਜੀ অপਸ਼ਨ ਨੰਬਰ ਐਡਾ 1539 ਤੋਂ 1552 ਇਹ ਹੈ ਜੀ ਆਪਸ਼ਨ ਨੰਬਰ ਐਡਾ 1539 ਤੋਂ 1552 ਆਪਸ਼ਨ ਨੰਬਰ 15 ਹੈ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕਿਸ ਲਿਪੀ ਦਾ ਵਿਕਾਸ ਕੀਤਾ ਗੁਰਮੁਖੀ ਲਿਪੀ ਦੇਵਨਾਗਰੀ ਲਿਪੀ ਰੋਮਨ ਲਿਪੀ ਊੜਾ ਤੇ ਐਡਾ ਤਾਂ ਰਾਈਟ ਆਨਸਰ ਹੈ ਜੀ ਗੁਰਮੁਖੀ ਲਿਪੀ ਦਾ ਵਿਕਾਸ ਕੀਤਾ ਸੀ ਨੈਕਸਟ ਹੈ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਆਧਾਰਿਤ ਪਹਿਲੀ ਜਨਮ ਸਾਖੀ ਕਿਹਨਾਂ ਤੋਂ ਲਿਖਵਾਈ ਭਾਈ ਗੁਰਦਾਸ ਜੀ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਰਾਈਟ ਆਨਸਰ ਹੈ ਜੀ ਭਾਈ ਬਾਲਾ ਜੀ ਤੋਂ ਲਿਖਵਾਈ ਸੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਆਧਾਰਿਤ ਪਹਿਲੀ ਜਨਮ ਸਾਖੀ ਇਸ ਲਈ ਇਸ ਜਨਮ ਸਾਖੀ ਨੂੰ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਵੀ ਕਹਿੰਦੇ ਹਨ ਨੈਕਸਟ ਹੈ ਜੀ ਕੁਐਸਚਨ ਨੰਬਰ 17 ਮਲ ਖਾੜੇ ਦੀ ਪਰੰਪਰਾ ਕਿਸ ਗੁਰੂ ਸਹਿਬਾਨ ਨੇ ਸ਼ੁਰੂ ਕੀਤੀ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਜਾਂ ਸ੍ਰੀ ਗੁਰੂ ਹਰगोਬਿੰਦ ਜੀ ਨੇ ਦਾ ਰਾਈਟ ਆਨਸਰ ਹੈ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸਟਾਰਟ ਕੀਤੀ ਸੀ ਕਿਉਂਕਿ ਗੁਰੂ ਸਾਹਿਬ ਜੀ ਦਾ ਇਹ ਵਿਸ਼ਵਾਸ ਸੀ ਕਿ ਸਰੀਰਕ ਤੰਦਰੁਸਤੀ ਵੀ ਬਹੁਤ ਜ਼ਰੂਰੀ ਹੈ ਨੈਕਸਟ ਹੈ ਜੀ ਕੁਐਸਚਨ ਨੰਬਰ 18 ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਪੰਗਤ ਪ੍ਰਥਾ ਵਿੱਚ ਕਿਸੇ ਸਤਰੀ ਨੇ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ ਸੀ ਮਾਤਾ ਦਇਆ ਕੌਰ ਜੀ ਨੇ ਬੀਬੀ ਖੀਵੀ ਜੀ ਨੇ ਬੀਬੀ ਅਮਰੋ ਜੀ ਨੇ ਜਾਂ ਬੀਬੀ ਅਨੁਖੀ ਜੀ ਨੇ ਤਾਂ ਰਾਈਟ ਆਨਸਰ ਹੈ ਜੀ ਉਹਨਾਂ ਦੀ ਪਤਨੀ ਬੀਬੀ ਖੀਵੀ ਜੀ ਨੇ ਉਹਨਾਂ ਦਾ ਵਿਸ਼ੇਸ਼ ਯੋਗਦਾਨ ਦਿੱਤਾ ਸੀ ਪੰਗਤ ਪ੍ਰਥਾ ਵਿੱਚ ਨੈਕਸਟ ਹੈ ਜੀ ਕੁਐਸਚਨ ਨੰਬਰ 19 ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕਿਹੜਾ ਸ਼ਹਿਰ ਬਸਾਇਆ ਸੀ ਵੈਰੀ ਇੰਪੋਰਟੈਂਟ ਕੁਐਸਚਨ ਗੋਇੰਦਵਾਲ ਸਾਹਿਬ ਅਨੰਦਪੁਰ ਸਾਹਿਬ ਖਡੂਰ ਸਾਹਿਬ ਜਾਂ ਅੰਮ੍ਰਿਤਸਰ ਤਾਂ ਰਾਈਟ ਆਨਸਰ ਹੈ ਜੀ ਖਡੂਰ ਸਾਹਿਬ ਬਸਾਇਆ ਸੀ ਜਿਹੜਾ ਕਿ ਕੇਸ ਜ਼ਿਲ੍ਹੇ ਦੇ ਵਿੱਚ ਆ ਤਰਨਤਾਰਨ ਦੇ ਵਿੱਚ ਹੈ ਜੀ ਕੁਐਸਚਨ ਨੰਬਰ 20 ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬ ਦੇ ਕਿੰਨੇ ਸ਼ਬਦ ਦਰਜ ਹਨ ਤਾਂ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਸ 62 ਸ਼ਬਦ ਦਰਜ ਹਨ ਗੁਰੂ ਸਾਹਿਬ ਦੇ ਨੈਕਸਟ ਹੈ ਜੀ ਉਦਾਸੀ ਮਤ ਦੀ ਸਥਾਪਨਾ ਕਿਸ ਨੇ ਕੀਤੀ ਸੀ ਵੈਰੀ ਇੰਪੋਰਟੈਂਟ ਕੁਐਸਚਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਾ ਸ਼੍ਰੀ ਚੰਦ ਜੀ ਨੇ ਭਾਈ ਬਾਲਾ ਜੀ ਨੇ ਜਾਂ ਇਹਨਾਂ ਵਿੱਚੋਂ ਕਿਸੇ ਨੇ ਨਹੀਂ ਦਾ ਰਾਈਟ ਆਨਸਰ ਹੈ ਜੀ ਬਾਬਾ ਸ਼੍ਰੀ ਚੰਦ ਜੀ ਨੇ ਕੀਤੀ ਸੀ ਉਦਾਸੀ ਮਤ ਤਿਆਗ ਤੇ ਤਪੱਸਿਆ ਬਾਰੇ ਕਹਿੰਦਾ ਸੀ ਕੁਐਸਚਨ ਨੰਬਰ 22 ਹੈ ਜੀ ਉਦਾਸੀ ਮਤ ਦਾ ਖੰਡਨ ਕਿਸ ਗੁਰੂ ਸਹਿਬਾਨ ਨੇ ਕੀਤਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਐਡਾ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕੀਤਾ ਸੀ ਉਦਾਸੀ ਮਤ ਦਾ ਖੰਡਨ ਕਿਉਂਕਿ ਸਿੱਖ ਧਰਮ ਅਨੁਸਾਰ ਗ੍ਰਸਥ ਜੀਵਨ ਵਿੱਚ ਰਹਿ ਕੇ ਅਸੀਂ ਪ੍ਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹਾਂ। ਆਪਸ਼ਨ ਨੰਬਰ 23 ਹੈ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਮੁਗਲ ਸ਼ਾਸਕ ਕੌਣ ਸੀ ਬਾਬਰ, ਹਮਾਇੂ, ਅਕਬਰ, ਸ਼ਾਹਜਹਾਂ ਤਾਂ ਰਾਈਟ ਆਨਸਰ ਹੈ ਜੀ ਹਮਾਇੂ। ਨੈਕਸਟ ਹੈ ਜੀ 1540 ਇਸਵੀ ਵਿੱਚ ਹਮਾਇੂ ਨੂੰ ਕਿਸ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਇਬਰਾਹਿਮ ਲੋਧੀ ਤੋਂ, ਸਿਕੰਦਰ ਲੋਧੀ ਤੋਂ, ਕੁੱਤਬਦੀਨ ਤੋਂ ਜਾਂ ਸ਼ੇਰ ਸ਼ਾਹ ਸੂਰੀ ਤੋਂ? ਤਾਂ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 6 ਸ਼ੇਰ ਸ਼ਾ ਸੂਰੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਹਮਾਇਉਨ ਨੂੰ। ਆਪਸ਼ਨ ਨੰਬਰ 25 ਹੈ ਜੀ ਹਮਾਇਉ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਕਿੱਥੇ ਆਇਆ ਸੀ? ਕਰਤਾਰਪੁਰ ਸਾਹਿਬ, ਖਡੂਰ ਸਾਹਿਬ, ਦਿੱਲੀ ਤਰਨਤਾਰਨ ਤਾਂ ਰਾਈਟ ਆਨਸਰ ਹੈ ਜੀ ਖਡੂਰ ਸਾਹਿਬ ਆਇਆ ਸੀ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਤਾਂ ਕਿ ਉਹ ਜਿੱਤ ਪ੍ਰਾਪਤ ਕਰ ਸਕੇ। ਨੈਕਸਟ ਹੈ ਜੀ ਕੁਐਸਚਨ ਨੰਬਰ 26 ਸ੍ਰੀ ਗੁਰੂ ਅੰਗਦ ਦੇਵ ਜੀ ਦੇ ਉੱਤਰਾਧਿਕਾਰੀ ਕੌਣ ਸਨ? ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਹਰ Rai ਜੀ ਜਾਂ ਸ੍ਰੀ ਗੁਰੂ ਨੈਕਸਟ ਹੈ ਜੀ ਕੁਐਸਚਨ ਨੰਬਰ 27 ਸ੍ਰੀ ਗੁਰੂ ਅੰਗਦ ਦੇਵ ਜੀ ਕਦੋਂ ਜੋਤੀ ਜੋਤ ਸਮਾਇਆ ਸਨ 1552 ਈਸਵੀ ਨੂੰ 1574 ਈਸਵੀ ਨੂੰ 1562 ਈਸਵੀ ਨੂੰ ਜਾਂ 1560 ਈਸਵੀ ਨੂੰ ਤਾਂ ਰਾਈਟ ਆਨਸਰ ਹੈ ਜੀ 1552 ਈਸਵੀ ਨੂੰ ਜੋਤੀ ਜੋਤ ਸਮਾਇਆ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਸੋ ਇਹ ਸੀ ਜੀ ਅੱਜ ਦੀ ਵੀਡੀਓ ਉਮੀਦ ਕਰਦਾ ਕਿ ਸਾਰਿਆਂ ਨੂੰ ਵੀਡੀਓ ਪਸੰਦ ਆਈ ਹੋਵੇਗੀ ਤਾਂ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ